ਦੀ ਸਰਕਾਰ ਛੜਿਆਂ ਨੂੰ ਕਫਾ ਕਰੋ। ਸਾਡੀ ਹੁਣ ਫਤਿਹ ਹੈ, ਹੁਣ ਤੁਸੀਂ ਦੋਨੋਂ ਵੀ ਰੋਟੀ ਖਾ ਲਓ। ਸਿਕੰਦਰ, ਹੁਣ ਤੁਸੀਂ ਦੋਨੋਂ ਵੀ ਰੋਟੀ ਖਾ ਲਓ। ਨਹੀਂ, ਸਾਡੇ ਨਹੀਂ ਲੰਘਣੀ ਰੋਟੀ। ਜਦੋਂ ਤੱਕ ਤੁਸੀਂ ਸਾਡੀ ਬਾਂਹ ਨਹੀਂ ਫੜਦੇ। ਬਾਂਹ ਤਾਂ ਬੀਬੀ ਦੀ ਮੈਂ ਫੜ ਲੂੰ, ਤੁਸੀਂ ਰੋਟੀ ਖਾਣ ਜੋਗੇ ਹੋਵੋ। ਤੁਸੀਂ ਕੁਛ ਕਿਹਾ ਬਾਜੀ? ਮੇਰੇ ਕਹਿਣ ਦਾ ਮਤਲਬ ਸੀ ਕਿ ਇੰਨੀ ਕਿਹੜੀ ਗੱਲ ਹੋ ਗਈ ਹੈ, ਜਿਹੜੇ ਤੁਹਾਡੇ ਸੰਗੋਂ ਰੋਟੀ ਨਹੀਂ ਲੰਘਦੀ। ਬਿੰਦੂ ਸਾਡੇ ਪੁੱਤ ਨੂੰ ਚੁੱਕ ਕੇ ਲੈ ਗਿਆ ਸਿਕੰਦਰ ਭਾਜੀ। ਬਿੰਦੂ ਕਿਹੜਾ? ਉਹ ਸੁਲਤਾਨਪੁਰੀ ਆ? ਹਾਂਜੀ ਹਾਂਜੀ। ਪਰ ਕਿਉਂ? ਉਹ ਤਾਂ ਅਸੀਂ 60,000 ਰੁਪਏ ਉਧਾਰਾ ਲਿਆ ਸੀ 3 ਮਹੀਨੇ ਵਾਸਤੇ। ਫਸਲ ਤੇ ਮੋੜਨ ਦੀ ਗੱਲ ਹੋਈ ਸੀ, ਪਰ ਅੱਜ ਸਵੇਰੇ ਸਾਜਰ ਹੀ ਆ ਗਿਆ, ਕਹਿੰਦਾ ਮੈਨੂੰ ਪੈਸੇ ਦਿਓ, ਉਹ ਵੀ ਹੁਣੇ। ਅੰਬਰਦਾਰ ਸਾਹਿਬ, ਮੈਂ ਬਥੇਰੀਆਂ ਮਿੰਨਤਾਂ ਕੀਤੀਆਂ ਉਹਦੀਆਂ ਵੀ ਵਾਢੀ ਪੈਣ 'ਚ 1 ਮਹੀਨਾ ਰੁਕ ਜਾਓ, ਪਰ ਉਹਨੇ ਇੱਕ ਨਹੀਂ ਸੁਣੀ। ਮੇਰੇ ਮੁੰਡੇ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ, ਕਹਿੰਦਾ ਪੈਸੇ ਦੇ ਦਿਓ ਅਤੇ ਆਪਣਾ ਮੁੰਡਾ ਲੈ ਜਿਓ। ਅੱਛਾ, ਤੇਰਾ ਮਤਲਬ ਇਹ ਕਿ 60,000 ਆਪਾਂ ਤੈਨੂੰ ਦੇਈਏ ਤਾਂ ਕਿ ਤੂੰ ਆਪਣਾ ਮੁੰਡਾ ਛਡਾ ਕੇ ਲਿਆਵੇਂ? ਉਹ ਭਾਜੀ, ਇਹ ਰੋਟੀ ਬਹੁਤ ਮਹਿੰਗੀ ਜੇ। ਉਹ ਨਹੀਂ ਓਏ, ਤੁਹਾਡੇ ਮੁੰਡੇ ਨੂੰ ਛੁਡਾ ਕੇ ਲਿਆਉਣਾ ਨਾ, ਪੈਸੇ ਤਾਂ ਬਾਈ ਵਾਢੀ ਤੋਂ ਬਾਅਦ ਵੀ ਦੇ ਦੂਗਾ। ਕਿਉਂ ਪਾ, ਇਹੀ ਗੱਲ ਹੈ ਨਾ? ਹਾਂਜੀ, ਵਾਢੀ ਤੇ ਮੁੰਡਣ ਦੀ ਗੱਲ ਹੋਈ ਸੀ, ਲਿਖ ਲਿਖਾ ਹੋਇਆ ਹੋਇਆ ਸਾਡਾ। ਮੇਰੇ ਪੁੱਤ ਨੂੰ ਵਾਪਸ ਲਿਆ ਦੋ। ਪਰ ਤੁਸੀਂ ਇਹ ਗੱਲ ਸਾਨੂੰ ਰੋਟੀ ਖਾਣ ਤੋਂ ਪਹਿਲਾਂ ਦੱਸਣੀ ਸੀ, ਮੈਂ ਤੈਨੂੰ ਉਸੇ ਪੈਰੀ ਮੋੜ ਦਿੰਦਾ। ਵੀ ਥਾਣੇ ਜਾ, ਬਿੰਦੂ ਦੇ ਖਿਲਾਫ ਆਪਣੀ ਰਿਪੋਰਟ ਦਰਜ ਕਰਾ। ਵਾਲੀ ਗੱਲ ਹੈ, ਮੈਂ ਤੇਰੇ ਨਾਲ ਚੱਲਦਾ। ਚੌਂਕੀ ਤਾਂ ਜੀ, ਅਸੀਂ ਜਾ ਆਏ ਪਹਿਲੋਂ ਹੀ, ਉਹ ਥਾਣੇਦਾਰ ਕਹਿੰਦੇ ਮੈਂ ਕੁਛ ਨਹੀਂ ਕਰ ਸਕਦਾ। ਜਾਂ ਤਾਂ ਮੈਨੂੰ 10,000 ਰੁਪਏ ਦਿਓ ਤਾਂ ਕਾਰਵਾਈ ਹੋਊ, ਨਹੀਂ ਤਾਂ 60 ਮੋੜ ਕੇ ਆਪਣਾ ਮੁੰਡਾ ਲਿਆਓ। ਅਸੀਂ ਗਰੀਬ ਲੋਕ, ਕਿੱਥੋਂ ਲਿਆਈਏ ਖੜੇ ਪੈਰ 10,000 ਰੁਪਏ? ਪਤਾ ਨੀ ਕਿਹੜੇ ਹਾਲ ਹੈ ਜੋਣਾ ਮੇਰਾ ਮੁੰਡਾ। ਭੈਣੇ, ਮੁੰਡਾ ਤਾਂ ਤੇਰਾ ਟੋਫੀਆਂ ਖਾਂਦਾ ਆਊਗਾ, ਤੂੰ ਚਿੰਤਾ ਨਾ ਕਰ। ਬਾਈ, ਹੁਣ ਤੁਸੀਂ ਜਾਓ, ਪਿੰਡ ਦੇ 3-4 ਬੰਦੇ ਇਕੱਠੇ ਕਰਕੇ ਨਾਲ ਲੈ ਜਾਓ। ਜੇ ਤੁਸੀਂ ਲਿਖਤ ਪੜ ਕੀਤੀ ਹੈ ਤਾਂ ਪੰਚਾਇਤ 'ਚ ਕਿਵੇਂ ਮੁੱਕਰ ਜੂਗਾ? ਉਹ ਬੜਾ ਭੈੜਾ ਬੰਦਾ ਲੰਬੜਦਾਰ ਸਾਹਿਬ, ਮੈਂ ਪੂਰੇ ਪਿੰਡ 'ਚ ਘੁੰਮ ਕੇ ਆਇਆ, ਸਰਪੰਚ ਕੋਲ ਵੀ ਗਿਆ ਸੀ, ਪਰ ਕੋਈ ਨਹੀਂ ਤੁਰਿਆ ਮੇਰੇ ਨਾਲ। ਹੁਣ ਤਾਂ ਮੈਨੂੰ ਤੁਹਾਡਾ ਹੀ ਸਹਾਰਾ ਆ। ਤੁਸੀਂ ਉਹ ਸਾਡੀ ਡੁੱਬਦੀ ਬੇੜੀ ਨੂੰ ਪਾਰ ਕਰ ਸਕਦੇ ਹੋ। 3-4 ਗੁੰਡੇ ਰੱਖੇ ਹੋਏ ਆ ਉਹਨੇ ਵਸੂਲੀ ਲਈ। ਦਬਕਾ ਮਾਰਨਾ ਪੈਣਾ ਲੰਬੜਦਾਰ ਸਾਹਿਬ, ਤਾਂ ਸਾਡਾ ਮੁੰਡਾ ਛੱਡਣਾ ਉਹਨੇ। ਉਹ ਗੱਲ ਸੁਣ, ਜੇ ਦਬਕਾ ਮਰਵਾਉਣਾ ਤੇ ਕਿਸੇ ਹੋਰ ਤੋਂ ਮਰਵਾ। ਅਸੀਂ ਕੋਈ ਬਦਮਾਸ਼ ਆ ਜਿਹੜੇ ਤੇਰੇ ਉਸ ਵੱਡੇ ਬਦਮਾਸ਼ ਨਾਲ ਡੰਗ ਸੋਟਾ ਕਰਾਂਗੇ? ਮਨਾ ਨਾ ਕਰੋ ਲੰਬੜਦਾਰ ਸਾਹਿਬ,
ਅਸੀਂ ਬੜੀ ਆਸ ਲੈ ਕੇ ਆਏ ਹਾਂ ਤੁਹਾਡੇ ਕੋਲ। ਆਸ ਲੈ ਕੇ ਆਏ ਸੀ ਨਾ ਤੇ ਬੇਆਸੇ ਮੁੜ ਜਾਓ, ਅਸੀਂ ਨੀ ਕੁਝ ਕਰ ਸਕਦੇ ਤੁਹਾਡੇ ਲਈ। ਅਯੋ ਸਿਕੰਦਰ, ਸਾਨੂੰ ਇਹਨਾਂ ਦੀ ਮਦਦ ਕਰਨੀ ਪੈਣੀ ਹੈ। ਮਦਦ ਤਾਂ ਸਾਨੂੰ ਕਰਨੀ ਪੈਣੀ ਹੈ, ਆ ਗਿਆ ਵੱਡਾ ਦੁੱਲਾ ਭੱਟੀ, ਅਸੀਂ ਇਸ ਤੋਂ ਕੀ ਲੈਣਾ, ਇਹ ਆਪਣੇ ਆਪ ਦੇਖੇਗਾ। ਬਾਪੂ ਜੀ, ਹੁਣ ਸਾਨੂੰ ਦੁੱਲਾ ਭੱਟੀ ਬਣਨਾ ਹੀ ਪੈਣਾ, ਇਹਨਾਂ ਦਾ ਨੂਣ ਖਾਧਾ ਅਸੀਂ, ਨੂਣ ਹਰਾਮ ਕਰ ਦਈਏ ਹੁਣ। ਚਲੋ ਠੀਕ ਹੈ, ਤੂੰ ਐਂ ਕਰ, ਏਕਮ ਤੇ ਅਜੇ ਦੀਪ ਨੂੰ ਫੋਨ ਕਰ, ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ। ਠੀਕ ਹੈ ਬਾਪੂ ਜੀ। ਕੁੜੀਆਂ ਦੀ ਆਈ ਸਰਕਾਰ, ਛੜਿਆਂ